ਵੈਲਕਮ एवरीवन ਸਵਾਗਤ ਹੈ ਤੁਹਾਡਾ ਸਭ ਦਾ ਬੀਐਡ ਵਿਦ ਗਗਨਦੀਪ ਕੌਰ ਚੈਨਲ ਤੇ ਅੱਜ ਆਪਾਂ ਗੱਲ ਕਰਨ ਵਾਲੇ ਹਾਂ ਹਾਊ ਟੂ ਮੇਕ ਲੈਸਨ ਪਲਾਨਸ ਫਾਰ ਬੀਐਡ ਬੀਐਡ ਦੇ ਲਈ ਜਿਹੜੇ ਲੈਸਨ ਪਲਾਨ ਬਣਾਏ ਜਾਂਦੇ ਨੇ ਉਹ ਤੁਸੀਂ ਕਿਵੇਂ ਬਣਾ ਸਕਦੇ ਹੋ ਉਹਨਾਂ ਵਿੱਚ ਕੀ ਕੀ ਤੁਸੀਂ ਲਿਖਣਾ ਹੁੰਦਾ ਠੀਕ ਹੈ ਕਿੱਥੇ ਕਿੱਥੇ ਕੀ ਕੀ ਲਿਖਿਆ ਜਾਂਦਾ ਤਾਂ ਇਹ ਹੋਪ ਇਹ ਵੀਡੀਓ ਸਾਰੇ ਬੀਐਡ ਵਾਲੇ ਸਟੂਡੈਂਟਸ ਲਈ ਜਿਨ੍ਹਾਂ ਨੇ ਬੀਐਡ ਦੀਆਂ ਜਿਹੜੇ ਲੈਸਨ ਪਲਾਨਸ ਆ ਉਹ ਰੈਡੀ ਕਰਨੇ ਨੇ ਉਹਨਾਂ ਲਈ ਬਹੁਤ ਹੈਲਪਫੁਲ ਹੋਊਗੀ ਜਿਨਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਿੰਨੀਆਂ ਵੀ ਤੁਸੀਂ ਬੀਏ ਨਾਲ ਰਿਲੇਟਡ ਵੀਡੀਓਜ਼ ਦੇਖਣਾ ਚਾਹੁੰਦੇ ਹੋ ਉਹਨਾਂ ਨੂੰ ਦੇਖਣ ਦੇ ਲਈ ਜਾਂ ਹੋਰ ਵੀ ਜਿੰਨੀਆਂ ਵੀ ਇੰਪੋਰਟੈਂਟ ਵੀਡੀਓਜ਼ ਆਉਂਦੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ ਉਹ ਇਸ ਚੈਨਲ ਤੇ ਮਿਲਦੀ ਹੈ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਫਟਾਫਟ ਕਰ ਦਿਓ ਤਾਂ ਅੱਗੇ ਵਧਦੇ ਹਾਂ ਲੈਸਨ ਪਲਾਨ ਕਿਵੇਂ ਬਣਾਉਣਾ फ्रंट पेज ਦੇ ਉੱਤੇ ਤੁਸੀਂ ਜਿਹੜਾ ਜਿਹੜੀ ਤੁਸੀਂ ਫਾਈਲ ਲੈਣੇ ਹੋ ਠੀਕ ਹੈ ਵੀ ਇਹ ਜਿਹੜੀ ਫਾਈਲ ਹੋਊਗੀ ਉਹ ਚਾਹੇ ਤੁਹਾਨੂੰ ਕਾਲਜ ਦੇ ਵਿੱਚੋਂ ਮਿਲਦੀ ਹੈ ਚਾਹੇ ਤੁਸੀਂ ਬਾਹਰੋਂ ਮਾਰਕੀਟ ਦੇ ਵਿੱਚੋਂ ਖਰੀਦਦੇ ਹੋ ਤਾਂ ਉਹਦੇ ਵਿੱਚ ਉੱਤੇ ਤੁਸੀਂ ਸਭ ਤੋਂ ਪਹਿਲਾਂ ਆਪਣਾ ਨੇਮ ਆਪਣਾ ਰੋਲ ਨੰਬਰ ਟੀਚਿੰਗ ਸਬਜੈਕਟ ਜਿਹੜਾ ਤੁਹਾਡਾ ਟੀਚਿੰਗ ਸਬਜੈਕਟ ਹੈ ਹਿੰਦੀ ਹੈ ਪੰਜਾਬੀ ਹੈ ਇੰਗਲਿਸ਼ ਹੈ ਮੈਥਾ ਜੋ ਵੀ ਹੈ ਉਸ ਦਾ ਨਾਮ ਟੀਚਿੰਗ ਸਬਜੈਕਟ ਦਾ ਨਾਮ ਤੁਸੀਂ ਪਾਉਣਾ ਹੁੰਦਾ ਆਪਣਾ ਸੈਸ਼ਨ ਤੁਸੀਂ ਮੈਂਸ਼ਨ ਕਰਨਾ ਹੁੰਦਾ ਠੀਕ ਹੈ ਉਸ ਤੋਂ ਬਾਅਦ ਜਦੋਂ ਲੈਸਨ ਪਲਾਨ ਬਣਾਉਣਾ ਸ਼ੁਰੂ ਕਰਦੇ ਹੋ ਤੁਸੀਂ ਕਿਸੇ ਵੀ ਸਬਜੈਕਟ ਦਾ ਚਾਹੇ ਲੈਸਨ ਪਲਾਨ ਬਣਾ ਰਹੇ ਹੋ ਹਿੰਦੀ ਦਾ ਪੰਜਾਬੀ ਦਾ ਇੰਗਲਿਸ਼ ਦਾ ਤਾਂ ਲੈਸਨ ਨੰਬਰ ਠੀਕ ਹੈ ਲੈਸਨ ਪਲਾਨ ਨੰਬਰ ਹੋਊਗਾ ਜਿਹੜਾ ਉਹ ਲਿਖੋਗੇ ਡੇਟ ਮੈਂਸ਼ਨ ਕਰੋਗੇ ਕਿ ਕਿਹੜੀ ਡੇਟ ਤੋਂ ਕਿੰਨੀ ਡੇਟ ਤੱਕ ਦਾ ਇਹ ਲੈਸਨ ਪਲਾਨ ਹੈ ਉਸ ਦੇ ਵਿੱਚ ਸਬਜੈਕਟ ਟੀਚਿੰਗ ਸਬਜੈਕਟ ਕਿਹੜਾ ਹੈ ਜੇ ਹਿੰਦੀ ਹੈ ਤਾਂ ਉਹ ਲਿਖੋਗੇ ਪੰਜਾਬੀ ਹੈ ਤਾਂ ਉਹ ਲਿਖੋਗੇ ਮੈਥ ਹੈ ਤਾਂ ਉਹ ਲਿਖੋਗੇ ਟਾਪਿਕ ਅੱਗੇ ਜਦੋਂ ਆਪਾਂ ਕੋਈ ਵੀ ਸਬਜੈਕਟ ਆ ਉਸ ਦਾ ਕੋਈ ਨਾ ਕੋਈ ਟਾਪਿਕ ਜ਼ਰੂਰ ਹੁੰਦਾ ਹੈ ਠੀਕ ਹੈ ਉਸ ਟਾਪਿਕ ਦਾ ਨਾਮ ਵੀ ਤੁਸੀਂ ਅੱਗੇ ਲਿਖੋਗੇ ਜ ਜਾਨੀ ਕਿ ਸਬਜੈਕਟ ਨੂੰ ਆਪਾਂ ਵਿਸ਼ਾ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਪੰਜਾਬੀ ਚ ਵੀ ਨਾਲ-ਨਾਲ ਦੱਸਦੀ ਆ ਟਾਪਿਕ ਨੂੰ ਆਪਾਂ ਉਪ ਵਿਸ਼ਾ ਕਹਿ ਦਿੰਦੇ ਆ ਉਹਦੇ ਵਿੱਚ ਕੀ ਆ ਜਾਊਗਾ ਜਿਵੇਂ ਮੰਨ ਲਓ ਤੁਸੀਂ ਕੋਈ ਲੈਸਨ ਪੜਾ ਰਹੇ ਹੋ ਕਿਸੇ ਕਲਾਸ ਦਾ ਠੀਕ ਹੈ ਕਿਸੇ ਵੀ ਕਲਾਸ ਦਾ ਕੋਈ ਵੀ ਲੈਸਨ ਪੜਾ ਰਹੇ ਹੋ ਕੋਈ ਕਵਿਤਾ ਪੜਾ ਰਹੇ ਹੋ ਕੋਈ ਵਿਆਕਰਨ ਦਾ ਕੁਝ ਜਿਵੇਂ ਪੰਜਾਬੀ ਦੇ ਵਿੱਚ ਆਪਾਂ ਕਹ ਦਿੰਦੇ ਆ ਨਾਮ ਕਰਵਾ ਰਹੇ ਹੋ ਠੀਕ ਹੈ ਤਾਂ ਉਪਰ ਟਾਪਿਕ ਤੁਹਾਡਾ ਕੀ ਹੋਗਾ ਨਾਮ ਠੀਕ ਹੈ ਕਲਾਸ ਕਿਹੜੀ ਨੂੰ ਕਰਾ ਰਹੇ ਹੋ 6th ਉਹ ਲਿਖਤਾ ਪੀਰੀਅਡ ਕਿਹੜਾ ਹੈ ਜਿਹੜਾ ਜਿਹੜਾ ਵੀ ਕਲਾਸ ਦਾ ਪੀਰੀਅਡ ਹੈ 3rd ਹੈ 4th ਹੈ 5th ਹੈ ਉਹ ਲਿਖੋਗੇ ਠੀਕ ਹੈ ਟੀਚਿੰਗ ਐਡਸ ਟੀਚਿੰਗ ਐਡਸ ਮੈਂ ਤੁਹਾਨੂੰ ਅੱਗੇ ਦਿਖਾਉਂਗੀ ਕਿ ਕਿਵੇਂ ਲਿਖਣੀ ਹੈ ਟੀਚਿੰਗ ਐਡਸ ਜਿਹੜੀ ਵੀ ਸਹਾਇਕ ਸਮਗਰੀ ਪੰਜਾਬੀ ਦੇ ਵਿੱਚ ਤੁਸੀਂ ਲਿਖੋਗੇ ਸਹਾਇਕ ਸਮਗਰੀ ਕਿਹੜੀ-ਕਿਹੜੀ ਸਹਾਇਕ ਸਮਗਰੀ ਤੁਸੀਂ ਪੜਾਉਂਦੇ ਸਮੇਂ ਯੂਜ਼ ਕੀਤੀ ਹੈ ਉਹ ਲਿਖੋਗੇ ਟੀਚਿੰਗ ਐਡਸ ਦੇ ਵਿੱਚ ਏਮ ਦੇ ਵਿੱਚ ਲਿਖੋਗੇ ਕਿ ਤੁਹਾਡਾ ਉਦੇਸ਼ ਪੰਜਾਬੀ ਚ ਇਹਨੂੰ ਉਦੇਸ਼ ਕਹਿੰਣਾ ਉਦੇਸ਼ ਕੀ ਹੈ ਇਸ ਨੂੰ ਪੜਾਉਣ ਤੋਂ ਬਾਅਦ ਬੱਚੇ ਕੀ ਜਾਣਨ ਦੇ ਵਿੱਚ ਕਾਬਿਲ ਹੋ ਜਾਣਗੇ ਇੱਕ ਇਹਦੇ ਵਿੱਚ ਆ ਜਾਂਦਾ ਟਾਈਮ ਟਾਈਮ ਲਿਖੋਗੇ ਤੁਸੀਂ ਖੁਦ ਜਿਹੜਾ ਪੀਰੀਅਡ ਦਾ ਟਾਈਮ ਹੋਗਾ 30 ਮਿੰਟਾ 40 ਮਿੰਟਾ 45 ਮਿੰਟਾ ਜਿੰਨਾ ਸੁਪਰਵਾਈਜ਼ਰ ਜੋ ਵੀ ਤੁਹਾਨੂੰ ਕੋਈ ਉੱਥੇ ਜਿਹੜਾ ਜਿੱਥੇ ਵੀ ਤੁਸੀਂ ਟੀਚ ਕਰ ਰਹੇ ਹੋ ਜਿਹੜਾ ਵੀ ਉੱਥੇ ਤੁਹਾਨੂੰ ਨਿਗਰਾਨ ਮਿਲਿਆ ਪੰਜਾਬੀ ਦੇ ਵਿੱਚ ਨਿਗਰਾਨ ਲਿਖ ਸਕਦੇ ਹੋ ਉਸ ਦਾ ਨਾਮ ਵੀ ਤੁਸੀਂ ਮੈਂਸ਼ਨ ਕਰੋਗੇ ਤੇ ਇਹ ਸਭ ਕੁਝ ਦੇਖਣ ਤੋਂ ਬਾਅਦ ਇੱਕ ਤੁਸੀਂ ਹੋਰ ਦੇਖ ਲਓ ਜਦੋਂ ਵੀ ਵੀਐਡ ਫਾਈਲਸ ਬਣਾਉਣਿਆ ਤਾਂ ਸਾਨੂੰ ਕਾਫੀ ਸਾਰੇ ਮਟੀਰੀਅਲ ਦੀ ਜ਼ਰੂਰਤ ਹੁੰਦੀ ਹੈ ਦੇਖੋ ਮਟੀਰੀਅਲ ਬਹੁਤ ਸਾਰੇ ਸਟੂਡੈਂਟ ਕੀ ਕਰਦੇ ਆ ਬਹੁਤ ਸਾਰਾ ਮਟੀਰੀਅਲ ਖਰੀਦ ਲੈਂਦੇ ਆ ਬਾਜ਼ਾਰ ਦੇ ਵਿੱਚੋਂ 컬러ਫੁਲ ਪੇਪਰ ਖਰੀਦ ਲਏ ਜਾਂ ਚਾਰਟ 컬러ਫੁਲ ਚਾਰਟ ਖਰੀਦ ਲਏ ਠੀਕ ਹੈ ਅ ਡਿਫਰੈਂਟ ਡਿਫਰੈਂਟ ਕਲਰਸ ਦੇ ਪੈਨ ਖਰੀਦ ਲਏ ਮਾਰਕਰ ਖਰੀਦ ਲਏ ਹਾਈਲਾਈਟਰਸ ਖਰੀਦ ਲਏ ਇਹੋ ਜਿਹੇ ਬਹੁਤ ਸਾਰੀਆਂ ਚੀਜ਼ਾਂ ਖਰੀਦ ਲੈਂਦੇ ਆ ਪਰ ਉਹਨਾਂ ਦੇ ਵਿੱਚ ਕ੍ਰੀਏਟੀਵਿਟੀ ਦੀ ਘਾਟ ਕਰਨ ਉਹ ਉਹਨਾਂ ਦਾ ਪ੍ਰੋਪਰ ਯੂਜ਼ ਨਹੀਂ ਕਰ ਪਾਉਂਦੇ ਪਰ ਜੇ ਤੁਹਾਡੇ ਅੰਦਰ ਕ੍ਰੀਏਟੀਵਿਟੀ ਹੈ ਤਾਂ ਤੁਸੀਂ ਵੇਸਟ ਮਟੀਰੀਅਲ ਨੂੰ ਵੱਧ ਤੋਂ ਵੱਧ ਯੂਜ਼ ਕਰੋ ਮੇਰਾ ਤਾਂ ਇਹੀ ਕਹਿਣਾ ਹੈ ਕਿ ਜਿੰਨਾ ਹੋ ਸਕੇ ਵੇਸਟ ਮਟੀਰੀਅਲ ਜਿਵੇਂ ਆ ਮੈਂ ਤੁਹਾਨੂੰ ਪਿਕਚਰ ਦੇ ਵਿੱਚ ਦਿਖਾਇਆ ਹੀ ਆ ਘਰੇ ਆਪਣੇ ਕਾਰਡ ਪਏ ਹੁੰਦੇ ਨੇ ਕੋਈ ਹੋਰ ਤਰ੍ਹਾਂ ਤਰ੍ਹਾਂ ਦੇ ਕਾਰਡਸ ਹੁੰਦੇ ਆ ਕੋਈ ਤੁਹਾਨੂੰ ਦਿੰਦਾ ਠੀਕ ਹੈ ਮੈਰਿਜ ਵਾਲੇ ਕਾਰਡ ਆ ਨਿਊਜ਼ਪੇਪਰ 'ਤੇ ਆ ਉਹਦੇ ਵਿੱਚ ਵੀ ਡਿਫਰੈਂਟ ਡਿਫਰੈਂਟ ਆਪਾਂ ਨੂੰ ਪਿਕਚਰਸ ਮਿਲ ਜਾਂਦੀਆਂ ਡਿਫਰੈਂਟ ਡਿਫਰੈਂਟ ਆਪਾਂ ਨੂੰ ਮਟੀਰੀਅਲ ਆ ਮਿਲ ਜਾਂਦਾ ਕਿਤੇ ਵੀ ਤੁਹਾਨੂੰ ਕੋਈ ਕਲਰਫੁੱਲ ਚੀਜ਼ ਨਜ਼ਰ ਆਉਂਦੀ ਹੈ ਕਲਰਫੁੱਲ ਪੇਪਰ ਨਜ਼ਰ ਆਉਂਦਾ ਜਿਹੜਾ ਤੁਹਾਨੂੰ ਲੱਗਦਾ ਕਿ ਇਹ ਵੇਸਟ ਹੈ ਉਸ ਨੂੰ ਤੁਸੀਂ ਆਪਣੀਆਂ ਬੀਅਰਡ ਫਾਈਲਸ ਦੇ ਦੌਰਾਨ ਯੂਜ਼ ਕਰ ਸਕਦੇ ਹੋ ਤਾਂ ਹੁਣੇ ਤੋਂ ਜਿਹੜਿਆਂ ਨੇ ਹਲੇ ਇਹ ਫਾਈਲਸ ਰੈਡੀ ਕਰਨੀਆਂ ਉਹਨਾਂ ਨੂੰ ਕੈਰੀ ਕਰਕੇ ਰੱਖਣਾ ਸ਼ੁਰੂ ਕਰ ਦੇਣ ਤੇ ਮਾਰਕੀਟ ਦੇ ਵਿੱਚੋਂ ਜ਼ਿਆਦਾ ਤੁਸੀਂ ਪੈਸਾ ਬਰਬਾਦ ਕਰਨ ਦੀ ਕੋਸ਼ਿਸ਼ ਨਾ ਕਰੋ ਮੇਰਾ ਤਾਂ ਇਹੀ ਕਹਿਣਾ ਹੈ ਹਾਂਜੀ ਅੱਗੇ ਹੈ ਆ ਤੁਸੀਂ ਹੁਣ ਮੈਂ ਤੁਹਾਨੂੰ ਐਗਜ਼ਾਮਪਲਸ ਦੇ ਕੇ ਦਿਖਾਉਣੀ ਹੈ ਕਿ ਜਿਵੇਂ ਤੁਸੀਂ ਲੈਸਨ ਪਲਾਨ ਬਣਾਉਂਗੇ ਤਾਂ ਉਸ ਦੇ ਵਿੱਚ ਕਿਵੇਂ ਮੈਂਸ਼ਨ ਕਰੋਗੇ ਜਿਵੇਂ ਉੱਪਰ ਡੇਟ ਮੈਂਸ਼ਨ ਕੀਤੀ ਹੋਈ ਹੈ ਠੀਕ ਹੈ ਤੁਸੀਂ ਕਿਹੜੀ ਡੇਟ ਤੋਂ ਕਿਹੜੀ ਡੇਟ ਤੱਕ ਦਾ ਬਣਾ ਰਹੇ ਹੋ ਉਹ ਇੱਕ ਦਿਨ ਦਾ ਹੀ ਬਣਾ ਰਹੇ ਹੋ ਤਾਂ ਜਿਵੇਂ ਉੱਥੇ ਮੰਨ ਲਓ 30 ਅਪ੍ਰੈਲ ਆ ਤਾਂ 30 ਅਪ੍ਰੈਲ ਹੀ ਲਿਖੋਗੇ ਸਿਰਫ ਠੀਕ ਹੈ ਜਿਹੜੀ ਕਲਾਸ ਨੂੰ ਜਿਹੜੇ ਦਿਨ ਉਹ ਪੜਾਇਆ ਗਿਆ ਉਸ ਤੋਂ ਬਾਅਦ ਆ ਮੈਂ ਸਬਜੈਕਟ ਕਿਹੜਾ ਤੁਹਾਡਾ ਮੰਨ ਲਓ ਇੰਗਲਿਸ਼ ਹੈ ਤਾਂ ਇੰਗਲਿਸ਼ ਲਿਖੋਗੇ ਇਫੈਕਟਿਵ ਸਿਲੇਬਸ ਸਿਲੇਬਸ ਕਿਹੜਾ ਤੁਸੀਂ ਲੈ ਰਹੇ ਹੋ ਠੀਕ ਹੈ ਹੈਲਪ ਕਿਹੜੀ ਚੀਜ਼ ਦੀ ਲੈ ਰਹੇ ਹੋ ਉਹ ਲਿਖੋਗੇ ਬੁੱਕ ਦਾ ਨੇਮ ਲਿਖ ਸਕਦੇ ਹੋ ਜਿਹੜੇ ਤੋਂ ਤੁਸੀਂ ਟੋਪਿਕ ਪੜਾ ਰਹੇ ਬੱਚੇ ਦੀ ਬੁੱਕ ਹੁੰਦੀ ਹੈ ਜਿਹੜੀ ਉਸ ਦਾ ਨੇਮ ਲਿਖ ਦੋਗੇ ਕਿ ਇਹ ਇਸ ਦੀ ਹੈਲਪ ਨਾਲ ਪੜਾਈ ਗਈ ਹੈ ਠੀਕ ਹੈ ਉਸ ਤੋਂ ਅੱਗੇ ਤੁਸੀਂ ਦੇਖੋ ਜਦੋਂ ਇੱਕ ਏਮ ਲਿਖਣਾ ਜਿਹੜਾ ਏਮ ਦੇ ਸੌਰੀ ਜਿਹੜਾ ਤੁਸੀਂ ਲਿਖਣਾ ਹੈਗਾ ਆਪਣਾ ਮੈਥਡ ਮੈਥਡ ਦੇ ਵਿੱਚ ਇਹ ਚੀਜ਼ ਆ ਜਾਊਗੀ ਮੈਥਡ ਮੈਥਡ ਜਦੋਂ ਤੁਸੀਂ ਲਿਖੋਗੇ ਤਾਂ ਮੈਥਡ ਦੇ ਵਿੱਚ ਤੁਸੀਂ ਕੀ ਲਿਖੋਗੇ ਕੀ ਮੈਥਡ ਯੂਜ਼ ਕੀਤਾ ਗਿਆ ਮੰਨ ਲਓ ਕੋਈ ਵੀ ਔਰਲ ਚੀਜ਼ ਸੁਣਾਉਣ ਵਾਲੀ ਆ ਬੋਰਡ ਤੇ ਕਰਨ ਵਾਲੀ ਨਹੀਂ ਤਾਂ ਉਸ ਦੇ ਵਿੱਚ ਲਿਖਦੇ ਆ ਔਰਲ ਵਰਕ ਵਿਦ ਦ ਹੈਲਪ ਆਫ ਚਾਰਟਸ ਔਰਲ ਵਰਕ ਕਰਵਾਇਆ ਗਿਆ ਕਿਹੜੀ ਚੀਜ਼ ਦੀ ਹੈਲਪ ਨਾਲ ਕਰਵਾਇਆ ਗਿਆ ਉਹ ਲਿਖੋਗੇ ਪੰਜਾਬੀ ਵਾਲੇ ਵੀ ਲਿਖ ਸਕਦੇ ਆ ਵਿਦਿਆਰਥੀ ਨੂੰ ਚਾਰਟ ਦੀ ਮਦਦ ਨਾਲ ਵਿਆਖਿਆ ਕਰਕੇ ਸਮਝਾਇਆ ਗਿਆ ਠੀਕ ਹੈ ਪੰਜਾਬੀ ਵਿੱਚ ਇਹ ਲਿਖ ਸਕਦੇ ਹੋ ਤੁਸੀਂ ਅੱਗੇ ਦੇਖੋ ਔਰ ਕੀ ਹੈ ਕੋਈ ਕੁਐਸਚਨ ਐਕਸਪਲੇਨ ਕਰ ਰਹੇ ਹਾਂ ਜੇ ਤੁਸੀਂ ਮੰਨ ਲਓ ਕਿਸੇ ਵੀ ਸਬਜੈਕਟ ਦਾ ਤਾਂ ਉਹਦੇ ਵਿੱਚ ਲਿਖੋਗੇ ਕੁਐਸਚਨਸ ਵਿਲ ਬੀ ਐਕਸਪਲੇਨਡ ਪ੍ਰੋਪਰਲੀ ਐਂਡ ਦੈਨ ਆਸਕਡ ਟੂ ਦਾ ਸਟੂਡੈਂਟਸ ਵਨ ਬਾਈ ਵਨ ਜਿਵੇਂ ਕੋਈ ਵੀ ਤੁਸੀਂ ਕੁਐਸਚਨ ਬੱਚੇ ਨੂੰ ਐਕਸਪਲੇਨ ਕਰਿਆ ਠੀਕ ਹੈ ਉਸ ਦੇ ਵਿੱਚ ਤੁਸੀਂ ਲਿਖੋਗੇ ਵਾਰੀ ਵਾਰੀ ਨਾਲ ਵਿਦਿਆਰਥੀਆਂ ਪਹਿਲਾ ਵਿਦਿਆਰਥੀਆਂ ਨੂੰ ਪ੍ਰਸ਼ਨ ਉੱਤਰ ਚੰਗੀ ਤਰ੍ਹਾਂ ਪ੍ਰਸ਼ਨ ਉੱਤਰਾਂ ਦੀ ਵਿਆਖਿਆ ਕੀਤੀ ਗਈ ਅਤੇ ਉਫਾਦ ਵਿੱਚ ਉਹਨਾਂ ਨੂੰ ਇੱਕ ਇੱਕ ਸਟੂਡੈਂਟ ਤੋਂ ਪੁੱਛਿਆ ਗਿਆ ਪਿਕਚਰਸ ਵਿਲ ਬੀ ਸ਼ੋਨ ਟੂ ਦਾ ਓਪਲ ਕਿਸੇ ਵੀ ਚੀਜ਼ ਜੇ ਤੁਸੀਂ ਪਿਕਚਰਸ ਦਿਖਾ ਰਹੇ ਹੋ ਤਾਂ ਉੱਥੇ ਇਹ ਲਾਈਨ ਤੁਸੀਂ ਲਿਖ ਸਕਦੇ ਹੋ ਠੀਕ ਹੈ ਇਹ ਟੀਚਿੰਗ ਮੈਥਡ ਦੇ ਵਿੱਚ ਸਾਰੀਆਂ ਚੀਜ਼ਾਂ ਜਾਣਗੀਆਂ ਕੁਐਸਚਨ will be explained properly and then ask it to the students ਇਸ ਤਰੀਕੇ ਨਾਲ ਲਿਖ ਸਕਦੇ ਹੋ ਠੀਕ ਹੈ ਆ ਗਿਆ ਟੀਚਿੰਗ ਐਕਟਸ ਟੀਚਿੰਗ ਐਕਟਸ ਦੇ ਵਿੱਚ ਤੁਸੀਂ ਕੀ ਲਿਖਣਾ ਜਿਵੇਂ ਕਿ ਬੋਰਡ ਕਿਹੜਾ ਯੂਜ਼ ਕਰ ਰਹੇ ਹੋ ਡਸਟਰ ਚਾਕ ਬੁੱਕ ਕੋ ਨੋਟਬੁక్స్ ਇਹੋ ਜਿਹੀਆਂ ਚੀਜ਼ਾਂ ਆਪਾਂ ਯੂਜ਼ ਕਰਦੇ ਆ ਕਿਸੇ ਬੁੱਕ ਜਿਹੜੀ ਬੁੱਕ ਤੁਸੀਂ ਲਈ ਹੈ ਟੀਚਿੰਗ ਐਡਸ ਦੇ ਵਿੱਚ ਉਹ ਬੁੱਕ ਦਾ ਪ੍ਰੋਪਰ ਨੇਮ ਵੀ ਤੁਸੀਂ ਮੈਂਸ਼ਨ ਕਰ ਸਕਦੇ ਹੋ ਕਿ ਇਹ ਬੁੱਕ ਲਈ ਗਈ ਹੈ ਇਹ ਟੀਚਿੰਗ ਐਡਸ ਦੇ ਵਿੱਚ ਆ ਜਾਂਦਾ ਹੈ ਠੀਕ ਹੈ ਤਾਂ ਏਮ ਦੇ ਵਿੱਚ ਤੁਸੀਂ ਕੀ ਲਿਖਣਾ ਹੁੰਦਾ ਜਿਹੜਾ ਆਪਣੇ ਕੋਲ ਏਮ ਆ ਉਹਦੇ ਵਿੱਚ ਤੁਸੀਂ ਇਹ ਚੀਜ਼ਾਂ ਲਿਖਣੀਆਂ ਹੁੰਦੀਆਂ ਜਿਹੜਾ ਤੁਹਾਡਾ ਟਾਪਿਕ ਆ ਇਹ ਉਸ ਤੇ ਡਿਪੈਂਡ ਕਰਦਾ ਉਸ ਦਾ ਏਮ ਉਸੇ ਤਰੀਕੇ ਨਾਲ ਹੀ ਹੋਊਗਾ ਜਿਵੇਂ ਮੈਂ ਨਾਮ ਦੱਸਿਆ ਮੰਨ ਲਓ ਤੁਹਾਡਾ ਟਾਪਿਕ ਹੈ ਨਾਮ ਇੰਗਲਿਸ਼ ਦੇ ਵਿੱਚ ਨਾਉਨ ਠੀਕ ਹੈ ਤੇ ਹਿੰਦੀ ਦੇ ਵਿੱਚ ਹੈ ਸੰਗਿਆ ਤੇ ਇਹਦਾ ਕੀ ਹੈ ਮ ਬਿਦਿਆਰਥੀ ਇਸ ਤੋਂ ਕੀ ਸਿੱਖਣਗੇ ਇਹ ਆਪਾਂ ਲਿਖਣਾ ਹੈ ਅੰਡ ਦੇ ਵਿੱਚ ਠੀਕ ਹੈ ਵਿਦਿਆਰਥੀ ਵੱਖ-ਵੱਖ ਨਾਵਾਂ ਤੋਂ ਜਾਣੂ ਹੋ ਜਾਣਗੇ ਵਿਦਿਆਰਥੀ ਨਾਮ ਪੜਨਾਮ ਤੇ ਹੋਰ ਜਿਹੜੇ ਵੀ ਮਤਲਬ ਇਹਨਾਂ ਦੀ ਵੱਖਰੀ-ਵੱਖਰੀ ਪਛਾਣ ਕਰ ਸਕਣਗੇ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਦੀ ਵੱਖਰੀ-ਵੱਖਰੀ ਪਛਾਣ ਕਰਨ ਦੇ ਵਿੱਚ ਜਾਣੂ ਹੋ ਸਕਣਗੇ ਠੀਕ ਹੈ ਵਿਦਿਆਰਥੀਆਂ ਨੂੰ ਵੱਖ-ਵੱਖ ਨਾਮ ਜਿਵੇਂ ਕਿ ਨਾਮ ਦੇ ਕਿੰਨੇ ਪ੍ਰਕਾਰ ਹੁੰਦੇ ਆ ਸਾਰਿਆਂ ਬਾਰੇ ਜਾਣਕਾਰੀ ਹੋ ਜਾਵੇਗੀ ਵਿਦਿਆਰਥੀਆਂ ਦੀ ਦੀ ਮਾਨਸਿਕ ਬੁੱਧੀ ਦਾ ਵਿਕਾਸ ਹੋਵੇਗਾ ਠੀਕ ਹੈ ਤੇ ਵਿਦਿਆਰਥੀ ਪ੍ਰਸ਼ਨ ਪੁੱਛਣ ਦੇ ਵਿੱਚ ਸਮਰੱਥ ਹੋ ਜਾਣਗੇ ਵਿਦਿਆਰਥੀ ਖੁਦ ਉੱਤਰ ਹੱਲ ਕਰਨ ਦੇ ਵਿੱਚ ਸਮਰੱਥ ਹੋ ਜਾਣਗੇ ਇਸ ਤਰ੍ਹਾਂ ਦੀ ਜਿਹੜੇ ਹੁੰਦੇ ਆ ਏਮ ਦੇ ਵਿੱਚ ਆਪਾਂ ਚੀਜ਼ਾਂ ਐਡ ਕਰਨੀਆਂ ਹੁੰਦੀਆਂ ਆਈ ਹੋਪ ਵੀਡੀਓ ਹੈਲਪਫੁਲ ਲੱਗੀ ਹੋਵੇਗੀ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਕੀ ਕੀ ਆਪਾਂ ਲਿਖਣਾ ਹੁੰਦਾ ਹੈਗਾ ਟੀਚਿੰਗ ਐਡਸ ਦੇ ਵਿੱਚ ਕੀ ਲਿਖਣਾ ਹੁੰਦਾ ਹੈ ਮੈਥਡ ਦੇ ਵਿੱਚ ਕੀ ਲਿਖਣਾ ਹੁੰਦਾ ਮੈਥਡ ਵੀ ਮੈਂ ਤੁਹਾਨੂੰ ਦਿਖਾਈ ਚੁੱਕੀ ਆ ਠੀਕ ਹੈ ਤੇ ਸਿਲੇਬਸ ਜਿਹੜਾ ਤੁਸੀਂ ਯੂਜ਼ ਕਰ ਰਹੇ ਹੋ ਠੀਕ ਹੈ ਹੈਲਪ ਸਹਾਇਕ ਸਮੱਗਰੀ ਕਿਹੜੀ ਲਈ ਹੈ ਉਹਦੇ ਵਿੱਚ ਤੁਸੀਂ ਕੀ ਲਿਖਣਾ ਆਪਣੇ ਬੁੱਕ ਦਾ ਨੇਮ ਲਿਖਣਾ ਜਿਹੜਾ ਵੀ ਜੋ ਵੀ ਚੀਜ਼ਾਂ ਤੁਸੀਂ ਯੂਜ਼ ਕਰ ਰਹੇ ਹੋ ਪੜਾਉਣ ਸਮੇਂ ਉਹ ਸਹਾਇਕ ਸਮੱਗਰੀ ਦੇ ਵਿੱਚ ਟੀਚਿੰਗ ਐਡਸ ਦੇ ਵਿੱਚ ਆ ਜਾਂਦੀਆਂ ਨੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਲੈਸਨ ਪਲਾਨ ਬਣਾਉਣ ਦੇ ਸਮੇਂ ਜਿਹੜੀਆਂ ਤੁਸੀਂ ਯੂਜ਼ ਕਰਨੀਆਂ ਨੇ ਆਈ ਹੋਪ ਵੀਡੀਓ ਹੈਲਪਫੁਲ ਹੋਵੇਗੀ ਥੈਂਕਸ ਫॉर ਵਾਚਿੰਗ